ਸ਼ਰਮਾਵੇ ਬਿਜਲੀ ਡਰਦੀ ਲਿਸ਼ਕ ਨਾ ਮਾਰੇ ਮਤਾ ਬੇਅਦਬੀ ਹੋ ਜਾਵੇ ਬੱਚੇ ਜਾਵੇ ਉਹ ਵਿੱਚ ਗੁਲਸ਼ਨ ਦੇ ਸਾਰਾ ਗੁਲਸ਼ਨ ਸੀਸ ਨਵਾਵੇ ਬੱਚੇ ਰੱਖੇ ਹੱਥ ਫੁੱਲਾਂ ਦੇ ਵਿੱਚ ਹੱਥ ਫੁੱਲਾਂ ਵਿੱਚ ਰਲ ਜਾਵੇ ਜੇ ਖੁੱਲੇ ਸੋਨਾ ਮਾਹੀ ਸਾਨੂੰ ਕਿਧਰੇ ਨਜ਼ਰ ਲਾਵੇ ਹੀ ਪੁੱਛੀ ਜਾਂਦੇ ਹੋ ਇਹ ਆਖੀ ਜਾਂਦਾ ਨਾਮ ਬੜਾ ਅਜੀਬ ਹੈ ਮੇਰਾ ਬਾਬੂ ਤੇ ਤੁਸੀਂ ਹਜੇ ਵੇਖਿਆ ਹੀ ਨਹੀਂ ਬਾਬੂ ਵੇਖੋਗੇ ਤੁਹਾਨੂੰ ਪਤਾ ਲੱਗੇਗਾ ਇਹਦੇ ਵਰਗਾ ਤੇ ਕਾਇਨਾਤ ਤੇ ਹੈ ਹੀ ਕੋਈ ਨਹੀਂ ਮੈਂ ਆਖਰੀ ਗੱਲ ਕਰਨ ਲੱਗਾ ਫਿਰ ਮੈਨੂੰ ਹੁਕਮ ਹੈ ਕੱਦੂ ਸ਼ਰੀਫ ਦਾ ਵਾਕਿਆ ਸੁਣਾਉਣਾ ਮੈਂ ਉਹ ਸੁਣਾਵਾਂ ਹਜ਼ਰਤ ਹਲੀਮਾ ਸਾਦੀਆ ਰਜ਼ੀ ਅੱਲਾਹੁ ਤਾਲਾ ਨਾਲ ਜ਼ਰੂਰ ਲੈ ਕੇ ਜਦੋਂ ਆਪਣੇ ਘਰ ਚਲੀਆਂ ਗਈਆਂ ਆਪ ਦੀ ਇੱਕ ਕਜ਼ਨ ਸੀ ਜਿਹਦਾ ਨਾਂ ਸੀ ਖੌਦਾ ਉਹ ਉਤਬਾ ਅਤੇ ਸ਼ੈਬਾ ਦੋ ਮੱਕੇ ਦੇ ਸਰਦਾਰ ਸਨ ਅਤੇ ਉਹਨਾਂ ਦੇ ਪੁੱਤਰ ਲੈ ਕੇ ਗਈ ਅਤੇ ਮੱਲੇ ਦੀਆਂ ਬੀਬੀਆਂ ਨੂੰ ਦੱਸਦੀ ਰਹੇ ਪੁੱਤਰ ਤਾਂ ਮੈਂ ਲੈ ਕੇ ਆਈ ਹਾਂ ਜਿਹੜੇ ਰੱਜ ਸੋਹਣੇ ਜਿਨ੍ਹਾਂ ਦੀ ਮਿਸਾਲ ਹੀ ਕੋਈ ਨਹੀਂ ਅਤੇ ਨਾਲੇ ਦੌਲਤ ਵੀ ਮਿਲੇਗੀ ਸਾਰਾ ਕੁਝ ਮਿਲੇਗਾ ਅਤੇ ਹਲੀਮਾ ਕੀ ਲੈ ਕੇ ਆਈ ਜਿਹਦੇ ਸਿਰ 'ਤੇ ਬਾਤ ਤਸਾਏ ਕੋਈ ਨਹੀਂ ਇਹਨੂੰ ਕੀ ਲੱਭਣਾ ਹਜ਼ਰਤ ਹਲੀਮਾ ਸਾਦੀ ਨੂੰ ਪਤਾ ਚੱਲਿਆ ਹਜ਼ਰਤ ਹਲੀਮਾ ਸਾਦੀ ਨੇ ਆਪਣੀ ਕਜ਼ਨ ਨੂੰ ਬਾਜ਼ਾਰ 'ਚ ਗਾਉਣ ਕੇ ਸੁਣਾ ਖਬਰਦਾਰ ਨੂੰ ਭਾਵੇਂ ਤੂੰ ਮੇਰੀ ਰਿਸ਼ਤੇਦਾਰ ਹੀ ਪਰ ਮੇਰੇ ਲਾਲ ਦੇ ਬਾਰੇ ਗੱਲ ਨਾ ਕਰੀ ਮੁਹੱਬਤ ਇੰਨੀ ਨਹੀਂ ਹੋਣੀ ਚਾਹੀਦੀ ਗੱਲ ਕਰੇ ਕਿ ਹੁਣ ਖਾਕੇ ਵੀ ਬਣ ਜਾਣ ਤਾਂ ਸਾਨੂੰ ਪਤਾ ਹੀ ਸਾਡੇ ਕੰਨ ਤੇ ਜੂ ਨਹੀਂ ਰੀਂਗਦੀ ਮੁਸਲਿਮ ਮਖਮੋਸ਼ ਇਹ ਬੇਹਿੱਸੀ ਹੈ ਸਾਡੇ ਅੰਦਰੋਂ ਇਮਾਨ ਖਤਮ ਹੋ ਗਿਆ ਕਿਸੇ ਫਕੀਰ ਕੋਲ ਕਿਸੇ ਨੇ ਪੁੱਛਿਆ ਸੀ ਬਾਬਾ ਜੀ ਇਹ ਫੁੱਟਬਾਲ ਨੂੰ ਇੱਕੀ ਖਿਲਾੜੀ ਪਾਈ ਇਹ ਠੁੱਡੇ ਮਾਰਦੇ ਨੇ ਕਦੀ ਸੱਜੇ ਅਤੇ ਕਦੀ ਖੱਬੇ ਇਹਨੂੰ ਠੁੱਡੇ ਕਿਉਂ ਪੈਂਦਾ ਹੈ ਬਾਬਾ ਜੀ ਫਰਮਾਉਂਦੇ ਨੇ ਪੁੱਤਰਾ ਅੰਦਰੋਂ ਵਿਹਲਾ ਹੈ ਖਾਲੀ ਅੰਦਰੋਂ ਭਰਿਆ ਹੁੰਦਾ ਅਤੇ ਕੋਈ ਠੁੱਡੇ ਨਾ ਮਾਰਦੇ ਇਹ ਅੰਦਰੋਂ ਖਾਲੀ ਹੈ ਤਾਂ ਠੁੱਡੇ ਪੈਂਦੇ ਉਹ ਮੁਸਲਮਾਨ ਕਸ਼ਮੀਰ ਫਲਸਤੀਨ ਵਸੀਨੀਆਂ ਚਚੇਨੀਆਂ ਬਰਮਾ ਕਿਉਂ ਮੁਸਲਮਾਨ ਜ਼ਰੂਰ ਹਾਲੀ ਦਾ ਸ਼ਿਕਾਰ ਨੂੰ ਅੰਦਰੋਂ ਇਮਾਨ ਖਤਮ ਹੋ ਗਿਆ ਅਗਰ ਇਮਾਨ ਮੌਜੂਦ ਹੁੰਦਾ ਤਾਂ 313 ਵਾਸਤੇ ਫਰਿਸ਼ਤਿਆਂ ਦੀ ਮਦਦ ਆ ਸਕਦੀ ਹੈ ਅੱਜ ਵੀ ਆ ਸਕਦੀ ਹਾਂ ਮੇਰੇ ਇਮਾਨ ਦੀ ਜ਼ਰੂਰਤ ਅੰਦਰ ਇਮਾਨ ਹੋਣਾ ਜ਼ਰੂਰੀ ਅਸੀਂ ਲਹੂ ਅੱਲਾਹ ਵਿੱਚ ਮਸਤ ਹੋ ਗਏ ਸਾਡੇ ਵਿੱਚੋਂ ਜੋ ਅੰਗਰੇਜ਼ ਚਾਹੁੰਦਾ ਸੀ ਜੇ ਫਾਕਾ ਕਸ਼ ਮੌਤ ਸੇ ਡਰਦੇ ਸਨ ਰੂਹੇ ਮੁਹੰਮਦ ਕੇ ਬਦਲ ਸੇ ਨਿਕਾਲ ਉਹ ਕੱਢ ਦਿੱਤੀ ਹੈ ਹਜ਼ੂਰ ਦੀ ਮੁਹੱਬਤ ਹਜ਼ੂਰ ਦਾ ਇਸ਼ਕ ਖਰੇਦ ਕੇ ਉਹਨਾਂ ਦਾ ਮੋਟੋ ਸਿੱਖ ਕੱਢ ਦਿੱਤਾ ਜਾਏ ਅੱਜ ਉਹ ਹਾਲ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਕਬੀ ਹੈ ਨੌਜਵਾਨ ਮੁਸਲਿਮ ਤਦਬਰ ਵੀ ਕੀਆ ਤੂਨੇ ਵੋ ਕੈਸਾ ਕਰ ਤੂੰ ਥਾ ਜਿਸ ਕਾ ਦਾ ਤੂੰ ਦਾ ਬੋਲਦਾ ਪਹਿਚਾਣ ਆਪਣੇ ਆਪ ਨੂੰ ਜਦੋਂ ਇਮਾਨ ਮੌਜੂਦ ਸੀ 36 ਲੱਖ ਮੁਰੱਬਾ ਮੀਲ ਤੇ ਹਕੂਮਤ ਸੀ ਤੇ ਲੋਕਾਂ ਦੇ ਫੈਸਲੇ ਉਮਰ ਦੇ ਕਦਮਾਂ ਚੁੰਦੇ ਸਨ ਅਸੀਂ ਕੁਰਾਨ ਨੂੰ ਕੰਨ ਕਰ ਛੱਡੀਏ ਸਾਡੇ ਫੈਸਲੇ ਅਮਰੀਕਾ ਕਰਨ ਦੇ ਸਾਡੇ ਵਾਸਤੇ ਮਰ ਜਾਣ ਦਾ ਮਕਾਮ ਅਸੀਂ ਇਮਾਨ ਵਾਲੇ ਆਪਣੇ ਆਪ ਇਮਾਨ ਵਾਲੇ ਆ ਮੁਸਲਿਮ ਸਮਾਗਮ ਮੁਸਲਿਮੀਨ ਅਸੀਂ ਸਾਡਾ ਇਸਲਾਮ ਹੈ ਕਿਉਂਕਿ ਇਮਾਨ ਅੰਦਰ ਕੋਈ ਨਹੀਂ ਸਾਡੇ ਸਾਨੂੰ
ਠੁੱਡੇ ਪੈਰ। ਇਸ ਵਾਸਤੇ ਸਾਨੂੰ ਆਪਣੇ ਅੰਦਰ ਇਸ ਇਮਾਨ ਨੂੰ ਮਜ਼ਬੂਤ ਕਰਨਾ ਚਾਹੀਦਾ, ਹਜ਼ੂਰ ਦੀ ਮੁਹੱਬਤ ਮਜ਼ਬੂਤ ਹੋਵੇ, ਇਮਾਨ ਦਾ ਅੰਡਾ ਲੱਗਾ ਹੋਵੇ, ਅਤੇ ਫਲ ਦੀ ਤੋਫੀਕ ਅੱਲਾਹ ਦੇ ਦੇਣ। ਉਹਨਾਂ ਕਿਹਾ ਖਬਰਦਾਰ ਮੇਰੇ ਲਾਲ ਦੇ ਬਾਰੇ ਗੱਲ ਕੀਤੀ, ਚੱਲ ਹਾਂ ਆਪਣੇ ਪੁੱਤਰ ਵਿਖਾ ਜੇ ਤੈਨੂੰ ਏਡਾ ਮਾਣ ਹੈ। ਉਹਨੇ ਕਿਹਾ ਮੈਂ ਇੱਕ ਸ਼ਰਤ ਵਿਖਾਵਾਂਗੀ, ਤੂੰ ਆਪਣਾ ਵੀ ਵਿਖਾਏਗੀ। ਤੇ ਅਗਰ ਤਲੀਮਾ ਕਹਿੰਦੇ ਮੈਂ ਕਿਉਂ ਨਾ ਵਿਖਾਵਾਂਗੀ, ਕਿਸੇ ਕੋਲੋਂ ਲੁਕਿਆ ਰਹਿਣਾ, ਚੱਲ ਤੂੰ ਆਪਣੇ ਵਿਖਾ। ਹਜ਼ਰਤ ਹਲੀਮਾ ਉਹਦੇ ਘਰ ਗਈ, ਉਹਨੇ ਕੱਪੜਾ ਪੁੱਤਰਾਂ ਦੇ ਮੂੰਹ ਤੋਂ ਕੀਤਾ। ਪਰ ਇਹ ਤੁਸੀਂ ਜਾਣਦੇ ਹੋ ਕਿ ਔਰਤਾਂ ਦੇ ਪਹਿਚਾਨਣ ਦੀ ਹਿੱਸ ਬੜੀ ਬਰੀਕ ਹੁੰਦੀ। ਪਹਿਲੇ ਦਿਨ ਦਾ ਬੱਚਾ ਹੈਗਾ ਤਾਂ ਵੇਖ ਕੇ, ਜੇ ਰੰਗ ਦਾ ਕਾਲਾ ਹੈਗਾ ਤਾਂ ਕਹਿਣ ਦੀਆਂ ਚਾਚੇ 'ਤੇ ਚਲਾ ਗਿਆ, ਅਤੇ ਜੇ ਚਿੱਟਾ ਹੈਗਾ ਤਾਂ ਕਹਿਣਗੀਆਂ ਮਾਮੇ 'ਤੇ ਗਿਆ, ਨੱਕ ਪਤਲਾ ਹੈ ਤਾਂ ਕਹਿਣਗੀਆਂ ਨਾਨੇ ਅੱਬੂ 'ਤੇ, ਅਤੇ ਜੇ ਨੱਕ ਫੀਨਾ ਹੋਵੇ ਤਾਂ ਕਹਿਣਗੀਆਂ ਦਾਦੇ 'ਤੇ ਚਲਾ ਗਿਆ। ਇਹ ਫਿਤਰੀ ਆ ਮਤਲਬ, ਸੋਹਣਾ ਹੋਵੇ ਤਾਂ ਨਾਨਕਿਆਂ ਨਾਲ ਕੁਝ ਆਉਣਾ ਅਤੇ ਦਾਦਕਿਆਂ ਦੇ ਪਾ ਦੇਣਾ। ਹਜ਼ਰਤ ਹਲੀਮਾ ਸਾਹਿਬ ਜੀ ਵੇਖ ਕੇ ਨਹੀਂ, ਹੈ ਇਹ ਤੇ ਮੇਰੇ ਨਾਲ ਤੇ ਪੈਰ ਦੀ ਚੀਚੀ ਮਰ ਗਿਆ ਵੀ ਹਲੀਮਾ ਪਾਕ ਦਾ ਦਰਵਾਜ਼ਾ ਆ ਗਿਆ ਅੰਦਰ ਬੜੀ। ਹਜ਼ਰਤ ਹਲੀਮਾ ਨੇ ਕੱਪੜਾ ਕੀਤਾ ਮੂੰਹ ਤੋਂ ਪਰਾਂ, ਤੇ ਖੌਲਾ ਦੀਆਂ ਨਜ਼ਰਾਂ ਹਜ਼ੂਰ ਦੇ ਚਿਹਰੇ ਉੱਤੇ ਟਿਕ ਗਈਆਂ, ਤੇ ਅੱਖ ਚਮਕਦੀ ਨਹੀਂ, ਸਦਕਾ ਤਾਰੀ ਹੋ ਗਿਆ, ਨਾ ਅੱਗੇ ਨਾ ਪਿੱਛੇ ਨਾ ਸੱਜੇ। ਹਜ਼ਰਤ ਹਲੀਮਾ ਕਹਿੰਦੇ ਨਹੀਂ ਖੌਲਾ, ਖੌਲਾ ਚੁੱਪ ਆ ਜਿਵੇਂ ਤੁਸੀਂ ਚੁੱਪ ਬੈਠੇ। ਨਹੀਂ ਖੌਲਾ ਚੁੱਪ, ਮੋਟੇ ਤੋਂ ਨਹੀਂ ਖੌਲਾ ਆਂਦੀ ਆ, ਹਾਂ ਨਹੀਂ ਬੋਲਦੀ ਨਹੀਂ। ਇਹਨੇ ਬੋਲਣ ਜੋਗਾ ਛੱਡੇ, ਮਦਨ ਗੋਰਾ ਸਬਦਨ ਨੀਚੀ ਨਜ਼ਰੇ, ਕੁੰਨ ਕੀ ਖਬਰੇ ਦਿਖਲਾ ਕੇ ਫਬਨ ਸੁਣਾ ਕੇ ਸੁਣ। ਅਰੇ ਜੀਤ ਗਿਆ ਮੋਰਾ ਤਨ ਮਨ ਮਨ ਦਨ, ਮੇਰੇ ਆਕਾ ਇਸਲਾਮ ਦੇ